ਟਰੈਕ ਕਦੇ ਵੀ ਬੰਦ ਨਹੀਂ ਹੋਇਆ ਜੀ। ਜੇ ਕੋਈ ਹੋਰ ਹੋਵੇ ਤਾਂ ਉਹ ਨਾਲ ਬੰਦ ਹੋ ਜਾਂਦਾ ਜੀ। जी अच्छ असी एक पिंड राइया वाले जिला फरीदकोट आए हाँ। इतने भाई जी हमने नवा कंप्यूटर किराया लैके आए हैं। आओ आप गलबात करते हैं जी। हाँ जी सत श्रीकाल भाई जी। अच्छा भाई जी तुहाडा की शुभ नाम है जी? पहला नाम दसो अपना। यादविंदर जी। ठीक है जी। हाँ जी तुहाडा जी? दर्शन सिंह जी। तुहाडा भाई जी? इकबाल सिंह जी। चलो ठीक है जी। अच्छा भाई जी जानकारी दो, तुसीं एक तां किराया नवा खरीदिया है ते इहदे बारे तुसीं की विचार देना चाहते हैं, ਕਿਵੇਂ ਇਹਦੀ ਚਲਾਈ, ਇਹਦੀ ਆਮ ਕਿਰਾਏ ਨਾਲੋਂ ਕੀ ਫਰਕ ਹੈ ਇਹਦੇ ਵਿੱਚ, ਅਤੇ ਤੁਹਾਨੂੰ ਕੀ ਚੰਗਾ ਲੱਗਾ ਅਤੇ ਕੀ ਮਾੜਾ ਲੱਗਾ ਇਹਦੇ ਵਿੱਚ? ਇਹ ਜੀ ਅਸੀਂ ਕਾਫੀ ਸੈਂਕੜੇ ਕਿਰਾਇਆ ਲਾ ਚੁੱਕੇ ਹਾਂ ਕਿੱਲਿਆਂ ਦੇ ਵਿੱਚ, ਅਤੇ ਬਹੁਤ ਵਧੀਆ ਕਿਰਾਇਆ ਜੀ। ਇੱਕ ਤਾਂ ਟਾਈਮ ਬਹੁਤ ਘੱਟ ਲੱਗਦਾ ਜੀ ਲੇਵਲ ਕਰਨ 'ਤੇ। ਠੀਕ ਹੈ ਜੀ। ਅਤੇ ਪੈਸੇ ਵੀ ਕੋਈ ਰੇਂਜ ਦੀ ਕੋਈ ਪ੍ਰੋਬਲਮ ਨਹੀਂ ਜੀ, ਰੇਂਜ ਵਗੈਰਾ ਬਿਲਕੁਲ ਨਹੀਂ ਛੱਡਦਾ ਗਾ। ਠੀਕ ਹੈ ਜੀ। ਇਹ ਕਿਵੇਂ ਕੰਪਨੀ ਵਾਲੇ ਵੀ ਕਹਿੰਦੇ, ਕਹਿੰਦੇ ਰੇਂਜ ਬੜੀ ਲੰਬੀ ਇਹਦੀ, 1200 ਮੀਟਰ ਦੀ ਰੇਂਜ ਹੈਗੀ ਹੈ। ਹਾਂਜੀ ਹਾਂਜੀ, ਬਹੁਤ ਦੂਰ ਤੱਕ ਰੇਂਜ ਜਾਂਦੀ ਹੈ ਜੀ ਇਹਦੀ, ਕੋਈ ਪ੍ਰੋਬਲਮ ਨਹੀਂ ਗੀ ਆਈ ਆ ਹਜੇ ਤੱਕ ਤਾਂ। ਠੀਕ ਹੈ ਜੀ। ਹਾਂਜੀ। ਅਤੇ ਬਾਕੀ ਕਿਰਾਇਆ ਕਹਿੰਦੇ ਨਾਲ ਹੋਰ ਚੱਲਦੇ ਚੁਲਦੇ ਹੋਣ ਤਾਂ ਕਹਿੰਦੇ ਉਹ ਕਿਰਾਇਆ ਨੂੰ ਇਹ ਖੜਾ ਦਿੰਦਾ ਅਤੇ ਆਪਣਾ ਕਿਰਾਇਆ ਇਕੱਲੇ ਚੱਲਦਾ। ਬਿਲਕੁਲ ਜੀ, ਜਦੋਂ ਇਹ ਆਪਣਾ ਕਿਰਾਇਆ ਕਦੇ ਵੀ ਬੰਦ ਨਹੀਂ ਹੋਇਆ ਜੀ, ਜੇ ਕੋਈ ਹੋਰ ਹੋਵੇ ਤਾਂ ਉਹ ਨਾਲ ਬੰਦ ਹੋ ਜਾਂਦਾ ਜੀ। ਠੀਕ ਹੈ। ਮਤਲਬ ਰੇਂਜ ਇੰਨੀ ਜ਼ਿਆਦਾ ਹੈਗੀ ਇਹਦੀ? ਬਹੁਤ ਜ਼ਿਆਦਾ ਰੇਂਜ ਹੈ ਜੀ। ਮਤਲਬ ਮਿੱਟੀ ਘੱਟਾ ਵੀ ਉੱਡਦਾ ਅਤੇ ਰੇਂਜ ਛੱਡਦਾ ਨਹੀਂ ਆਪਾਂ ਕਹਿੰਦੇ? ਨਹੀਂ ਨਹੀਂ ਜੀ, ਬਿਲਕੁਲ ਨਹੀਂ, ਕੋਈ ਗਰਮੀ ਦਾ ਚੱਕਰ ਨਹੀਂ ਇਹਨੂੰ। ਠੀਕ ਹੈ ਜੀ। ਅਤੇ ਕੋਈ ਮਿੱਟੀ ਘੱਟੇ ਦੀ ਕੋਈ ਪ੍ਰੋਬਲਮ ਨਹੀਂ ਜੀ। ਠੀਕ ਹੈ ਠੀਕ ਹੈ ਜੀ। ਅਤੇ ਆਪਣੇ ਪਿੰਡ 'ਚ ਬਾਈ ਜੀ ਹੋਰ ਕਿਰਾਏ ਕਿੰਨੇ ਗਏ ਆ, ਉਹਨਾਂ ਦਾ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਕਿਰਾਏ ਨਾਲੋਂ ਇਸ ਕਿਰਾਏ ਦਾ ਕੀ ਫਰਕ ਹੈ ਜੀ? ਇਹਦਾ ਕਾਫੀ ਫਰਕ ਹੈ ਜੀ ਉਹਨਾਂ ਕਿਰਾਇਆਂ ਨਾਲੋਂ ਜੀ। ਇੱਕ ਤਾਂ ਲੇਵਲ ਤਾਂ ਜੀ, ਇੱਕ ਵੀ ਜੀਰੋ ਲੇਵਲ ਤੱਕ ਜਾਂਦਾ ਜੀ। ਠੀਕ ਹੈ ਜੀ। ਬਿਲਕੁਲ ਪੱਧਰ ਵਾਹਣ ਕਰਦਾ ਜੀ। ਠੀਕ ਹੈ ਜੀ। ਹਾਂਜੀ, ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਜੀ। ਮਤਲਬ ਵਾਹਣ ਦੀ ਪਧਰਾਈ ਤੁਹਾਡੇ ਸਾਹਮਣੇ ਬਹੁਤ ਵਧੀਆ ਕਰਦਾ? ਬਹੁਤ ਵਧੀਆ ਕਰਦਾ ਜੀ, ਅਤੇ ਬਹੁਤ ਜਲਦੀ ਕਰਦਾ ਜੀ। ਠੀਕ ਹੈ। ਹਾਂਜੀ। ਅਤੇ ਟਰੈਕਟਰ 'ਤੇ ਲੋਡ ਵਗੈਰਾ ਕਿੰਨਾ ਕੁ ਲੱਗਦਾ ਤੁਹਾਨੂੰ, ਵੀ ਲੋਡ ਟਰੈਕਟਰ ਕਿੰਨਾ ਕੁ ਔਖਾ ਰਹਿੰਦਾ ਇਹ 'ਤੇ? ਬਿਲਕੁਲ ਕੋਈ ਲੋਡ ਨਹੀਂ ਪੈਂਦਾ ਹੈਗਾ ਜੀ। ਠੀਕ ਹੈ ਜੀ। ਬਹੁਤ ਰੈਲਾ ਟਰੈਕਟਰ ਚੱਲਦਾ ਜੀ। ਠੀਕ ਹੈ ਜੀ। ਹਜੇ ਤੱਕ ਕੋਈ ਪ੍ਰੋਬਲਮ ਨਹੀਂ ਆਈ ਸਾਨੂੰ ਤਾਂ। ਠੀਕ ਹੈ ਜੀ। ਹਾਂਜੀ।
लो जी आप नाल तुहानू थोड़ा जिहा किराया भी घूम के दिखा दें। इतने किराया देखो ये 4XL किराया कहिंदे जी इहनू, टायर अगे पिछे चलदे हैगे, कोई थले रोड़ा मिट्टी कोई चीज़ आउंदी हैगी तां उह पिछे झूला सिस्टम बणिया, जिवें तुसीं आ देख सकदे हो झूला सिस्टम। इह आपे उच्चा नीवां हो के इह ब्लेड नूं लैवल 'च रखदा। ट्रैक्टर भी भाई उन्हों का बड़ा तगड़ा है, स्वराज 969 4x4 ट्रैक्टर है। ये पिंड ट्रैक्टर कहते कला कला ट्रैक्टर एक ही लै गया है जी, ये सब तो पहला ट्रैक्टर इन्हों का आया जी। ये है जी ट्रैक किराए का कंट्रोल बॉक्स, ये भी सारा डिजिटल सिस्टम है, ये घंटिया की गिनती मिनती भी आती हैगी। भाई फिर बाकी अपने किसान वीरां नूं होर की राय देना चाहुंदे हो, भी किराया खरीदना होवे इस किराए बारे तुहाडी की राय हैगी? असीं तां इही कहांगे जी मठाड़ूआं दा किराया लओ जी, बहुत वधिया हैगा। बाकी इह किराया पूरा हैवी आ, हांजी जंप नहीं करदा गा, सब तो वड्डी गल आ जी। आप किराए बहुत वाइब्रेशन करदे आ जी, इह जीरो वाइब्रेशन करदा जी। ठीक है, हैवी बहुत बणिया देखी जांदा आपां जी। बणिया जी इह, ठीक है जी। ਇਹ ਫਿਰ ਆਪਣਾ ਹੈਵੀ ਡਿਊਟੀ ਕਿਰਾਇਆ ਕਰਕੇ ਫਿਰ ਆਪਾਂ ਨੂੰ ਕਿਰਾਇਆ ਲੈਣ ਵਿੱਚ ਸੌਖਾ ਰਹਿੰਦਾ ਜੀ, ਪਿੰਡ 'ਚ ਆਪਾਂ ਕਿਰਾਏ 'ਤੇ ਚਲਾਉਂਦੇ ਤਾਂ ਅਤੇ ਬੰਦੇ ਨੂੰ ਆਪਾਂ ਲੱਗਦਾ ਵੀ ਕੰਮ ਸਾਫ਼ ਕਰੂਗਾ, ਵਧੀਆ ਕਰੂਗਾ ਅਤੇ ਕਿਰਾਇਆ ਵੀ ਬੰਦਾ ਵੱਧ ਭਰਦਾ ਉਸ ਚੀਜ਼ ਦਾ। ਬਿਲਕੁਲ ਬਿਲਕੁਲ ਜੀ, ਇਹ ਤਾਂ ਹੁੰਦਾ ਹੀ ਹੈ ਜੀ, ਕਿਉਂਕਿ ਲੇਵਲ ਸਹੀ ਕਰਦਾ ਜੀ, ਜਿੰਨਾ ਹੈਵੀ ਆ ਬੁੜਕਦਾ ਨਹੀਂ ਗਾ। ਆਓ ਜੀ, ਇਹ ਬਾਈ ਜੀ ਆਪਣੇ ਨਾਲ ਸੀਗੇ ਪਿੰਡ ਰਾਈਆਂਵਾਲ ਤੋਂ ਜ਼ਿਲ੍ਹਾ ਫਰੀਦਕੋਟ ਤੋਂ, ਅਤੇ ਕਿਰਾਇਆ ਬਣਿਆ ਜੀ ਮਠਾੜੂ ਫੈਕਟਰੀ ਫਰੀਦਕੋਟ ਤੋਂ ਜੀ। ਚੰਗਾ ਭਾਅ ਜੀ, ਤੁਹਾਡਾ ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ, ਤੁਸੀਂ ਜਾਣਕਾਰੀ ਦਿੱਤੀ ਹੈ ਜੀ।